ਲੁਧਿਆਣਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੱਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਕਬਜ਼ੇ ਵਿੱਚ ਵੱਖ ਵੱਖ ਕੰਪਨੀਆਂ ਦੀਆਂ 10 ਗੱਡੀਆਂ ਜ਼ਬਤ ਕੀਤੀਆਂ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਸੀਪੀ SPS ਢੀਂਡਸਾ ਨੇ ਕਿਹਾ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲ ਹੋ ਗਈ ਹੈ, ਜਿਸਦਾ ਅੰਤਰਰਾਜੀ ਗਰੋਹ ਦੂਜੇ ਰਾਜਾਂ ਤੋਂ ਨਕਲੀ ਦਸਤਾਵੇਜ਼ਾਂ ਅਤੇ ਤਾਇਨਾਤ ਵਾਹਨਾਂ ਨੂੰ ਨਕਲੀ ਦਸਤਾਵੇਜ਼ ਤਿਆਰ ਕਰਨਾ ਅਤੇ ਵੇਚਣ ਲਈ ਵਰਤਦਾ ਸੀ। ਗਰੋਹ ਦਾ ਮੁਖੀ ਹਰਿਆਣੇ ਦਾ ਵਸਨੀਕ ਹੈ, ਜਿਸ ਦੀ ਭਾਲ ਜਾਰੀ ਹੈ। ਮੁਲਜ਼ਮ ਕੋਲੋਂ ਵੱਖ ਵੱਖ ਕੰਪਨੀਆਂ ਦੇ 10 ਵਾਹਨ ਬਰਾਮਦ ਕੀਤੇ ਗਏ ਹਨ। ਪੁਲਿਸ ਨੂੰ ਮੁਲਜ਼ਮ ਤੋਂ ਕਈ ਅਹਿਮ ਜਾਣਕਾਰੀ ਮਿਲਣ ਦੀ ਉਮੀਦ ਹੈ। ਮੈਂ ਗੁਣਵੰਤਵੀਰ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਜੀ। ਮੈਂ ਮੋਨੂ ਚੌਹਾਨ ਫਰੀਦਾਬਾਦ ਤੋਂ ਗੱਡੀਆਂ ਲੈਂਦਾ ਸੀ, ਜੋ ਕਿ ਉਹ ਜਾਅਲੀ ਆਈਡੀਆਂ 'ਤੇ ਫਾਇਨਾਂਸ ਕਰਵਾ ਕੇ ਸਾਨੂੰ ਵੇਚਦਾ ਸੀ। ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਦਾ ਰਹਿਣ ਵਾਲੇ ਅਵਤਾਰ ਅਤੇ ਅਤੀਕ ਤੋਂ ਜਾਅਲੀ ਪੇਪਰ ਤਿਆਰ ਕਰਵਾ ਕੇ ਇੱਧਰ ਭੋਲੇ ਵਾਲੇ ਲੋਕਾਂ ਨੂੰ ਵੇਚਦੇ ਸੀ। ਤਰੁਣ ਕੁਮਾਰ ਫਗਵਾੜੇ ਦਾ ਰਹਿਣ ਵਾਲਾ। ਮੈਂ ਮੋਨੂ ਚੌਹਾਨ ਜੋ ਫਰੀਦਾਬਾਦ ਦਾ ਰਹਿਣ ਵਾਲਾ ਹੈਗਾ, ਉਹ ਸਾਨੂੰ ਜਾਅਲੀ ਆਈਡੀ ਬਣਾ ਕਰ ਸਾਨੂੰ ਗੱਡੀਆਂ ਫਾਇਨੈਂਸ ਕਰਾ ਕੇ ਸਾਨੂੰ ਦਿੰਦਾ ਸੀਗਾ। ਅਸੀਂ ਜੋ ਚੰਡੀਗੜ੍ਹ ਦੇ ਰਹਿਣ ਵਾਲੇ ਅਤੀਕ ਔਰ ਅਵਤਾਰ ਸਿੰਘ ਹੈਗੇ ਨੇ, ਉਹ ਸਾਨੂੰ ਜਾਅਲੀ ਪੇਪਰ ਬਣਾ ਕੇ ਦਿੰਦੇ ਸੀਗੇ। ਅਸੀਂ ਉਹ ਅੱਗੇ ਗੱਡੀਆਂ ਭੋਲੇ ਵਾਲੇ ਬੰਦਿਆਂ ਨੂੰ ਵੇਚ ਦਿੰਦੇ ਸੀਗੇ। ਲੁਧਿਆਣਾ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਕ੍ਰਾਈਮ ਬ੍ਰਾਂਚ 1 ਦੀ ਟੀਮ ਨੇ ਇੱਕ ਬੜੇ ਸੀਕਰਟ ਇਨਫੋਰਮੇਸ਼ਨ ਦੇ ਕੇ ਓਪਰੇਸ਼ਨ ਕੰਡਕਟ ਕੀਤਾ ਔਰ ਇੱਕ ਇੰਟਰਸਟੇਟ ਗੈਂਗ ਦੇ 2 ਮੈਂਬਰ ਫੜਨ 'ਚ ਕਾਮਯਾਬੀ ਹਾਸਲ ਕੀਤੀ ਹੈ, ਜਿਨ੍ਹਾਂ ਦੀ ਕਿ ਮੋਡਸ ਪੈਂਡੀ ਇਹ ਸੀ ਕਿ ਦੂਸਰੀ ਸਟੇਟ ਵਿੱਚੋਂ ਫੇਕ ਡਾਕੂਮੈਂਟਸ ਅਤੇ ਫੇਕ ਆਈਡੀਜ਼ ਅਤੇ ਗੱਡੀਆਂ ਜੋ ਫਾਇਨਾਂਸ ਹੁੰਦੀਆਂ ਸੀ ਉਹਨਾਂ ਨੂੰ ਸਾਰੀ ਫਿਰ ਉਹਨਾਂ ਦੀ ਡਾਕੂਮੈਂਟੇਸ਼ਨ ਚੇਂਜ ਕਰਕੇ ਉਹਨਾਂ ਨੂੰ ਇੱਧਰ ਪੰਜਾਬ ਵਿੱਚ ਵੇਚਦੇ ਸੀ, ਜਿਨ੍ਹਾਂ ਕੋਲ ਬੜੇ ਭੋਲੇ ਭਾਲੇ ਲੋਕ ਫਸ ਜਾਂਦੇ ਸੀਗੇ। ਔਰ ਇਹਨਾਂ ਤੋਂ ਕੁੱਲ ਹੁਣ ਤੱਕ 2 ਮੈਂਬਰ, ਜਿਨ੍ਹਾਂ ਵਿੱਚ ਇੱਕ ਗੁਣਵੰਤ ਵੀਰ ਅਤੇ ਇੱਕ ਤਰਨ ਕੁਮਾਰ ਐਲਸ ਬੋਬੀ, ਇਹਨਾਂ ਤੋਂ ਟੋਟਲ 10 ਗੱਡੀਆਂ ਰਿਕਵਰ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਸਕਾਰਪੀਓ, ਕ੍ਰੇਟਾ, ਬਰੀਜ਼ਾ, ਦੈਨ ਮਹਿੰਦਰਾ ਪਿਕਅਪ, ਬਲੈਰੋ ਹੈ, ਦੈਨ i20, i10 ਡਿਫਰੈਂਟ ਬ੍ਰਾਂਡ ਦੀਆਂ ਗੱਡੀਆਂ ਨੇ। 10 ਗੱਡੀਆਂ ਰਿਕਵਰ ਹੋਈਆਂ ਨੇ। ਇਹਨਾਂ ਨੂੰ ਮੇਨ ਬੰਦਾ ਜੋ ਚਲਾ ਰਿਹਾ ਸੀ ਉਹ ਹਰਿਆਣੇ ਦਾ ਬਿਲੋਂਗ ਕਰਦਾ ਔਰ 2 ਬੰਦੇ ਹੋਰ ਨੇ ਉਹ ਪੰਜਾਬ ਦੇ ਹੀ ਨੇ, ਜਿਹੜੇ ਕਿ ਇਹਨਾਂ ਦੀ ਫੇਕ ਡਾਕੂਮੈਂਟੇਸ਼ਨ ਤਿਆਰ ਕਰਦੇ ਸੀ ਇਹਨਾਂ ਗੱਡੀਆਂ ਦੀ। ਔਰ ਬੜੀ ਜਲਦੀ ਅਸੀਂ ਉਹਨਾਂ ਨੂੰ ਵੀ ਅਰੈਸਟ ਕਰ ਲਾਂਗੇ। ਇਹਨਾਂ ਦੇ ਅਰੈਸਟ ਕਰਕੇ ਕੱਲ CIA ਟੀਮ ਦੀ, ਕ੍ਰਾਈਮ ਬ੍ਰਾਂਚ ਦੀ ਟੀਮ ਵੱਲੋਂ ਅਰੈਸਟ ਕੀਤੇ ਗਏ ਦੋਨੋਂ ਦੋਸ਼ੀ। ਉਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਉਹਨਾਂ ਦਾ ਫਰਦਰ 3 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਔਰ ਇਹਨਾਂ ਤੋਂ ਫਰਦਰ ਅੱਗੇ ਇਨਵੈਸਟੀਗੇਸ਼ਨ 'ਚ ਇਹਨਾਂ ਦੇ ਜਿਹੜੇ ਸਾਥੀ ਨੇ, ਇਹਨਾਂ ਦਾ ਮੇਨ ਜਿਹੜਾ ਹੈਡ ਹੈ, ਉਹਨੂੰ ਵੀ ਅਰੈਸਟ ਕੀਤਾ ਜਾਏਗਾ ਔਰ ਉਹਨਾਂ ਤੋਂ ਫਰਦਰ ਕਿੰਨੀਆਂ ਕੁ ਹੋਰ ਵਹੀਕਲ ਔਰ ਕਿੱਥੋਂ ਕਿੱਥੋਂ ਇਹਨਾਂ ਨੇ ਵੇਚੇ ਨੇ, ਕਿਹਨਾਂ ਨੂੰ ਵੇਚੇ, ਕਿੱਥੋਂ ਇਹਨਾਂ ਨੇ ਵਹੀਕਲ ਗਲਤ ਫਾਇਨਾਂਸ ਕਰਾਏ ਜਾਂ ਚੋਰੀ ਕੀਤੇ ਨੇ, ਉਹ ਸਾਰੀ ਡਿਟੇਲ ਅਸੀਂ ਇਹਦੀ ਅਨਲਿਸਟ ਕਰਾਂਗੇ ਔਰ ਬੜੀ ਜਲਦੀ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ। ਬਿਊਰੋ ਰਿਪੋਰਟ, ਲੁਧਿਆਣਾ ਟਾਈਮ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼, ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।